ਹਾਂਜੀ ਸਟੂਡੈਂਟਸ ਹੁਣ ਆਪਾਂ ਇਹ ਵਾਲਾ ਕੁਐਸਚਨ ਕਰਾਂਗੇ ਕਿ ਨਿੱਕੀ ਕਹਾਣੀ ਦੇ ਤੱਤਾਂ ਸੰਬੰਧੀ ਜਾਣਕਾਰੀ ਦਿਓ ਅਗਰ ਕੁਐਸਚਨ ਕੰਬਾਈਨ ਕਰਕੇ ਆਉਂਦਾ ਕਿ ਨਿੱਕੀ ਕਹਾਣੀ ਦਾ ਸਰੂਪ ਤੇ ਉਸਦੇ ਤੱਤਾਂ ਬਾਰੇ ਜਾਣਕਾਰੀ ਦਿਓ ਫਿਰ ਪਹਿਲਾਂ ਤੁਸੀਂ ਜਿਹੜੀ ਕਿ ਨਿੱਕੀ ਕਹਾਣੀ ਹੈ ਕਿ ਆਪਾਂ ਨੇ ਜਿਵੇਂ ਪਹਿਲਾਂ ਡਿਸਕਸ ਕੀਤਾ ਕਿ ਨਿੱਕੀ ਕਹਾਣੀ ਜਿਹੜੇ ਕਿ ਘੌੜ ਦੌੜ ਦੀ ਤਰ੍ਹਾਂ ਹੁੰਦੀ ਹੈ ਜਿਸ ਦਾ ਆਦ ਤੇ ਅੰਤ ਮਹੱਤਵ ਰੱਖਦਾ ਠੀਕ ਹੈ ਤੇ ਇਹ ਨਿੱਕੀ ਕਹਾਣੀ ਹੈ ਜਿਹੜੇ ਕਿ ਐਲਨ ਪੋ ਦੇ ਅਕੋਰਡਿੰਗ ਜਿਸ ਨੂੰ ਇੱਕੋ ਬੈਠਕ ਦੇ ਵਿੱਚ ਪੜਿਆ ਜਾ ਸਕੇ ਮਤਲਬ ਕਿ ਇੱਕੋ ਸਿਟਿੰਗ ਦੇ ਵਿੱਚ ਪੜਿਆ ਜਾ ਸਕੇ ਠੀਕ ਹੈ ਇੱਕੋ ਵਾਰ ਆਪਾਂ ਬੈਠ ਕੇ ਹੁਣ ਪੜਨ ਨੂੰ ਬੈਠੇ ਕੋਈ ਚੈਪਟਰ ਤਾਂ ਉਹਨੂੰ ਇੱਕੋ ਵਾਰ ਚ ਪੜਿਆ ਜਾਵੇ ਉਹ ਕਹਾਣੀ ਹੈ ਨਿੱਕੀ ਕਹਾਣੀ ਤੇ ਪਾਠਕਾਂ ਤੋਂ ਉਹਦਾ ਤਿੱਖਾ ਪ੍ਰਭਾਵ ਪੈ ਸਕੇ ਓਕੇ ਤੇ ਨਿੱਕੀ ਕਹਾਣੀ ਦੇ ਫਿਰ ਗੁਣ ਵੀ ਲਿਖਣੇ ਨੇ ਜਿਵੇਂ ਨਿੱਕਾ ਆਕਾਰ ਹੋ ਗਿਆ ਨਿੱਕੀ ਕਹਾਣੀ ਦਾ ਆਕਾਰ ਨਿੱਕਾ ਹੁੰਦਾ ਹੈ ਨਿੱਕੀ ਕਹਾਣੀ ਹਿੰਦੀ ਜਿਹੜੀ ਕਿ ਪ੍ਰਭਾਵ ਦੀ ਇਕਾਗਰਤਾ ਬਣੀ ਰਹਿੰਦੀ ਹੈ ਕਲਾਤਮਕਤਾ ਹੁੰਦੀ ਹੈ ਰੋਚਕਤਾ ਹੁੰਦੀ ਹੈ ਇਹਦੇ ਵਿੱਚ ਗਤੀਸ਼ੀਲਤਾ ਹੁੰਦੀ ਹੈ ਫਿਰ ਜਿਹੜੇ ਕਿ ਤੱਤ ਲਿਖਣੇ ਨੇ ਹੁਣ ਤੱਤ ਦੇ ਵਿੱਚ ਫਰਸਟ ਪੁਆਇੰਟ ਹੀ ਆਉਂਦਾ ਹੁੰਦਾ ਹੈ ਸੇਮ ਨੇ ਤੱਤ ਸਭ ਦੇ ਹੀ ਚਾਹੇ ਨਿੱਕੀ ਕਹਾਣੀ ਆ ਚਾਹੇ ਲੰਬੀ ਕਹਾਣੀ ਆ ਚਾਹੇ ਮਿੰਨੀ ਕਹਾਣੀਆਂ ਕਥਾਨਕ ਵਿਸ਼ਾ ਵਸਤੂ ਪਾਤਰਾਂ ਜੀਤਨ ਨਾ ਵਾਰਤਾਲਾਪ ਠੀਕਾ ਭਾਸ਼ਾ ਸ਼ੈਲੀ ਉਦੇਸ਼ ਇਹ ਸਭ ਦੇ ਇੱਕੋ ਸਾਰ ਨੇ ਹੁਣ ਇਸ ਦੇ ਵਿੱਚ ਫਿਰ ਵਿਸ਼ਾ ਵਸਤੂ ਵਿਸ਼ਾ ਵਸਤੂ ਦੇ ਵਿੱਚ ਕੀ ਹੁੰਦਾ ਵੀ ਨਿੱਕੀ ਕਹਾਣੀ ਦਾ ਜਿਹੜਾ ਕਿ ਮੁੱਖ ਤਾਤਾ ਇਹ ਪ੍ਰਮੁੱਖ ਤਾਤਾ ਵਿਸ਼ਾ ਵਸਤੂ ਵਿਸ਼ਾ ਵਸਤੂ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਆਪਾਂ ਨੇ ਕਹਾਣੀ ਲਿਖਣੀ ਆ ਉਸ ਦਾ ਵਿਸ਼ਾ ਕੀ ਹੈ ਉਸ ਦਾ ਵਿਸ਼ਾ ਮਨੋਵਿਗਿਆਨਿਕ ਹੈ ਜਾਂ ਸਮਾਜਿਕ ਹੈ ਜਾਂ ਆਰਥਿਕ ਹੈ ਜਾਂ ਕਿਸ ਵਿਸ਼ੇ ਨੂੰ ਲੈ ਕੇ ਆਪਾਂ ਨੇ ਕਹਾਣੀ ਲਿਖਣੀ ਆ ਉਹ ਹੋ ਗਿਆ ਕਹਾਣੀ ਦਾ ਮੁੱਖ ਵਿਸ਼ਾ ਠੀਕ ਹੈ ਮਨੁੱਖੀ ਜੀਵਨ ਦੀ ਹਰ ਇੱਕ ਘਟਨਾ ਤੇ ਪ੍ਰਸਥਿਤੀ ਕਹਾਣੀ ਦਾ ਵਿਸ਼ਾ ਵਸਤੂ ਬਨਣ ਦੀ ਸੁਭਾਵਨਾ ਰੱਖਦੀ ਹੈ ਵੀ ਮਨੁੱਖਾ ਦਾ ਜਿਹੜਾ ਜੀਵਨ ਆ ਉਹਦੇ ਜੀਵਨ ਦੀ ਹਰ ਇੱਕ ਘਟਨਾ ਨੂੰ ਆਪਾਂ ਇੱਕ ਵਿਸ਼ਾ ਬਣਾ ਕੇ ਚਾਹੇ ਉਹਦਾ ਸਮਾਜਿਕ ਜੀਵਨ ਚਾਹੇ ਉਹਦਾ ਆਰਥਿਕਾ ਚਾਹੇ ਉਹਦਾ ਮਨੋਵਿਗਿਆਨਿਕਾ ਚਾਹੇ ਉਹਦਾ ਨਿੱਜੀ ਜੀਵਨ ਆ ਜਿਸ ਮਰਜ਼ੀ ਪੱਖ ਨੂੰ ਲੈ ਕੇ ਆਪਾਂ ਉਹਦੀ ਜਿਹੜੇ ਕੀ ਕਹਾਣੀ ਲਿਖ ਸਕਦੇ ਹਾਂ ਹਰ ਇੱਕ ਮਨੁੱਖੀ ਜੀਵਨ ਦੀ ਹਰ ਇੱਕ ਘਟਨਾ ਵਿਸ਼ਾ ਵਸਤੂ ਬਨਣ ਦੀ ਸੁਭਾਵਨਾ ਰੱਖਦੀ ਆ ਨਿੱਕੀ ਕਹਾਣੀ ਦਾ ਤੇ ਨਿੱਕੀ ਕਹਾਣੀ ਦਾ ਉਦੇਸ਼ ਕੀ ਹੁੰਦਾ ਹੈ ਕਿ ਜੀਵਨ ਦੇ ਕਿਸੇ ਇੱਕ ਪੱਖ ਜਾਂ ਮਨੁੱਖੀ ਸੁਭਾਅ ਦੇ ਅਕੋਰਡਿੰਗ ਕਿਸੇ ਇੱਕ ਵਿਸ਼ੇਸ਼ ਪੱਖ ਉੱਤੇ ਰੌਸ਼ਨੀ ਪਾਉਣਾ ਹੁੰਦਾ ਹੈ ਮਤਲਬ ਕਿ ਨਿੱਕੀ ਕਹਾਣੀ ਦਾ ਜਿਹੜਾ ਵਿਸ਼ਾ ਵਸਤੂ ਹੁੰਦਾ ਉਹ ਲੰਬਾ ਨਹੀਂ ਹੁੰਦਾ ਇਹ ਨਹੀਂ ਹੈ ਜੇ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਐਗਜ਼ਾਮਪਲ ਦਿੰਦੀ ਆ ਰਹੀਆਂ ਕਿ ਆਪਣੀ ਜ਼ਿੰਦਗੀ ਦੇ ਤਿੰਨ ਪੜਾਣੇ ਨਿੱਕੀ ਕਹਾਣੀ 'ਚ ਇਹ ਨਹੀਂ ਹੈ ਕਿ ਅਗਰ ਉਹਨਾਂ ਨੇ ਬਚਪਨ ਬਾਰੇ ਲਿਖਣਾ ਤਾਂ ਸਾਰੇ ਹੀ ਬਚਪਨ ਲਿਖਣਾ ਬਚਪਨ ਦੇ ਜੋ ਸਪੈਸ਼ਲ ਮੂਮੈਂਟਸ ਨੇ ਉਹਨਾਂ ਬਾਰੇ ਕਿਸੇ ਇੱਕ ਮੂਮੈਂਟ ਬਾਰੇ ਆਪਾਂ ਜਾਣਕਾਰੀ ਦੇ ਸਕਦੇ ਹਾਂ ਅਨਿੱਕੀ ਕਹਾਣੀ ਦੇ ਵਿੱਚ ਓਕੇ ਰੌਸ਼ਨੀ ਪਾਉਣਾ ਹੁੰਦਾ ਹੈ ਤਾਂ ਕਿ ਮਤਲਬ ਕਿ ਉਸ ਕਿਸੇ ਇੱਕ ਪੱਖ ਨੂੰ ਲੈ ਕੇ ਪੇਸ਼ ਕਰਨ ਦਾ ਉਦੇਸ਼ ਹੁੰਦਾ ਤੇ ਜਿਹਦੇ ਨਾਲ ਆ ਜਿਹੜੇ ਕਿ ਕਹਾਣੀ ਸਾਡੇ ਜੀਵਨ ਨਾਲ ਵੱਧ ਤੋਂ ਵੱਧ ਸਬੰਧ ਰੱਖਦੀ ਹੈ ਮਤਲਬ ਕਿ ਜਦੋਂ ਆਪਾਂ ਜੀਵਨ ਨਾਲ ਰਿਲੇਟਡ ਕਿਸੇ ਦੇ ਜੀਵਨ ਨਾਲ ਰਿਲੇਟਡ ਆਪਾਂ ਕਹਾਣੀ ਰਚਦੇ ਆ ਤਾਂ ਆਪਾਂ ਨੂੰ ਵੀ ਐਂ ਲੱਗਦੀ ਹੈ ਕਿ ਇਹ ਆਪਣੇ ਨਾਲ ਬੀਤੀ ਹੋਈ ਹੈ ਠੀਕ ਹੈ ਆਪਣੇ ਨਾਲ ਰਿਲੇਟਡ ਲੱਗਦੀ ਆਪਾਂ ਆਪਾਂ ਨੂੰ ਮਨ ਦੇ ਵਿੱਚ ਸਾਂਝ ਆਉਂਦੀ ਉਸ ਕਹਾਣੀ ਦੇ ਨਾਲ ਤਾਂ ਕਹਾਣੀ ਦੇ ਵਿੱਚ ਲਗਭਗ ਹਰ ਪ੍ਰਕਾਰ ਦੇ ਵਿਸ਼ੇ ਨੂੰ ਲਿਆ ਜਾ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੀਵਨ ਦੇ ਅਰਥਹੀਨ ਸ਼ੀਨਾਂ ਦਾ ਵਰਣਨ ਵੀ ਕੀਤਾ ਜਾ ਸਕੇ ਮਤਲਬ ਕਿ ਜਿਹੜਾ ਜਿਸ ਚੀਜ਼ ਦਾ ਕੋਈ ਅਰਥ ਨਿਕਲਦਾ ਹੋਵੇ ਆਪਾਂ ਉਸੇ ਵਿਸ਼ੇ ਨੂੰ ਲੈ ਕੇ ਕਹਾਣੀ ਦੇ ਵਿੱਚ ਵਿਸ਼ਾ ਰੱਖ ਸਕਦੇ ਹਾਂ ਇਹ ਨਹੀਂ ਹੈ ਕਿ ਕੋਈ ਅਲੱਗ ਜਿਹਾ ਵਿਸ਼ਾ ਲੈ ਲਿਆ ਜਾਵੇ ਜੋ ਕਿਸੇ ਜੀਵਨ ਦੇ ਨਾਲ ਆਪਾਂ ਨੂੰ ਮਤਲਬ ਕਿ ਰਿਲੇਟਡ ਨਾ ਲੱਗਦਾ ਹੋਵੇ ਉਹ ਕਦੇ ਵੀ ਕਹਾਣੀ ਜਿਹੜੀ ਕਿ ਸਫਲ ਨਹੀਂ ਹੁੰਦੀ ਤੇ ਕਹਾਣੀ ਵਿੱਚ ਰੋਚਕਤਾ ਪ੍ਰਭਾਵਸ਼ੀਲਤਾ ਦਾ ਹੋਣਾ ਜ਼ਰੂਰੀ ਹੈ ਤਾਂ ਇਹ ਤਾਂ ਹੀ ਸੰਭਵ ਹੁੰਦਾ ਜੇ ਸਾਡੇ ਜੀਵਨ ਦੇ ਨਾਲ ਸੰਬੰਧੀ ਤੇ ਰੋਜ਼ਾਨਾ ਜੀਵਨ ਦੀਆਂ ਸਥਿਤੀਆਂ ਨਾਲ ਸੰਬੰਧੀ ਤਾਂ ਜਿਹੜੀ ਕਿ ਕਹਾਣੀ ਦੇ ਪੱਖਾਂ ਨੂੰ ਉਸ ਦੇ ਵਿੱਚ ਲੈ ਕੇ ਪੇਸ਼ ਤਾ ਜਾ ਸਕੇ ਤਾਂ ਕਿ ਉਹਦੇ ਨਾਲ ਕਹਾਣੀ ਜਿਹੜੀ ਕਿ ਪ੍ਰਭਾਵਸ਼ਾਲੀ ਵੀ ਹੁੰਦੀ ਹੈ ਤੇ ਸਧਾਰਨ ਵੀ ਹੁੰਦੀ ਹੈ ਜਿਵੇਂ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਕਹਾਣੀਆਂ ਤਾਂ ਕੁਲਫੀ ਕਹਾਣੀ ਜਿਹੜੀ ਕਿ ਘਮਨੋ ਵਿਗਿਆਨਿਕ ਕਹਾਣੀ ਹੈ ਜਿਸ ਦੇ ਵਿੱਚ ਇੱਕ ਬੱਚੇ ਦੇ ਜਿਹੜਾ ਕਿ ਪ੍ਰਭਾਵ ਨੂੰ ਦਰਸਾਇਆ ਗਿਆ ਕਿ ਉਹ ਸ਼ੋਸ਼ੀਤ ਵਰਗ ਦੀ ਜਿਹੜੀ ਹੋਰ ਹੀ ਲੁੱਟ ਹੈ ਉਹਦੇ ਵਿਰੁੱਧ ਜਿਹੜੇ ਕਿ ਹੱਲ ਲੱਭਣ ਲਈ ਯਤਨ ਕਰਦਾ ਮਤਲਬ ਕਿ ਉਹ ਜਿਹੜੇ ਕਿ ਕੁਲਫੀ ਕਹਾਣੀ 10th ਦੇ ਵਿੱਚ ਤੁਸੀਂ ਸਭ ਨੇ ਪੜ੍ਹੀ ਹੋਣੀ ਸੁਜਾਨ ਸਿੰਘ ਦੀਆਂ ਕਹਾਣੀਆਂ ਹਨ ਉਹਦੇ ਵਿੱਚ ਉਹ ਕੁਲਫੀ ਜਿਹੜੇ ਕਿ ਖੋ ਕੇ ਭੱਜ ਲੰਦਾ ਮਤਲਬ ਕਿ ਉਸ ਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਇੱਕ ਉਹ ਜਿਹੜੇ ਸ਼ੋਸ਼ੀਤ ਵਰਗ ਹੈ ਸ਼ੋਸ਼ੀਤ ਵਰਗ ਉਹ ਹੁੰਦਾ ਜਿਨ੍ਹਾਂ ਤੇ ਮਤਲਬ ਕਿ ਦੂਜਾ ਵਰਗ ਜਿਹੜੇ ਕਿ ਰਾਜ ਕਰ ਰਿਹਾ ਹੁੰਦਾ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਹੁੰਦਾ ਉਹ ਉਸ ਦੇ ਵਿਰੁੱਧ ਜਿਹੜੀ ਉਹਦੇ ਲੁੱਟ ਹੋ ਰਹੀ ਹੈ ਉਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਮਤਲਬ ਕਿ ਐਵੇਂ ਵਿਸ਼ਾ ਲੈ ਕੇ ਆਪਾਂ ਕਹਾਣੀ ਨੂੰ ਲਿਖ ਸਕਦੇ ਜਿਹਦੇ ਨਾਲ ਆਪਾਂ ਨੂੰ ਹਰ ਇੱਕ ਨੂੰ ਸਾਂਝ ਲੱਗੇ ਕਿ ਆਹ ਇਹ ਆਪਣੇ ਜੀਵਨ ਦੇ ਨਾਲ ਸੰਬੰਧਿਤ ਲੱਗੇ ਐਵੇਂ ਦਾ ਵਿਸ਼ਾ ਵਸਤੂ ਲੈਣਾ ਚਾਹੀਦਾ ਠੀਕ ਹੈ ਵਿਸ਼ਾ ਵਸਤੂ ਕਹਾਣੀ ਦਾ ਮਨੁੱਖੀ ਜੀਵਨ ਦੇ ਨਾਲ ਸਾਂਝ ਰੱਖਦਾ ਹੋਵੇ ਹਰ ਇੱਕ ਪੱਖ ਦਾ ਆਪਾਂ ਲੈ ਸਕਦੇ ਹਾਂ ਅੱਗੇ ਕਥਾਨਕ ਕਥਾਨਕ ਜਿਸ ਨੂੰ ਆਪਾਂ ਪਲਾਂਟ ਜਾਂ ਗੋੰਦ ਵੀ ਕਹਿੰਦੇ ਆ ਇਹਦੇ ਵਿੱਚ ਕਹਾਣੀ ਦਾ ਜਿਹੜਾ ਕਿ ਸੰਖੇਪ ਤੇ ਸਰਲ ਹੁੰਦਾ ਕਹਾਣੀ ਦਾ ਕਥਾਨਕ ਆ ਸੰਖੇਪ ਹੁੰਦਾ ਸੰਖੇਪ ਹੁੰਦਾ ਛੋਟਾ ਹੁੰਦਾ ਤੇ ਸਰਲ ਹੁੰਦਾ ਲੰਬੀ ਕਹਾਣੀ ਦਾ ਜਿਹੜਾ ਕਿ ਵਿਸਥਾਰ ਦੇ ਵਿੱਚ ਸੀ ਤੇ ਡਿਟੇਲ ਸੀ ਹਨਾ ਤੇ ਕਥਨ ਕੀ ਹੁੰਦਾ ਕਥਾਨਕ ਮਤਲਬ ਕਿ ਪਾਣੀ ਕੋਈ ਵੀ ਕਹਾਣੀ ਆ ਉਹਦਾ ਵਿਸ਼ਾ ਤਾਂ ਚੁਣ ਲਿਆ ਸਪੋਜ਼ ਆਪਾਂ ਨੇ ਇਹੀ ਕਹਾਣੀ ਲੈ ਲਈ ਕਿ ਆਪਾਂ ਨੇ ਲੁੱਟਕ ਸੁੱਟ ਜਿਹੜੀ ਹੋ ਰਹੀ ਉਹਦੇ ਵਿਰੁੱਧ ਆਵਾਜ਼ ਉਠਾਉਣ ਦੇ ਲਈ ਕੋਈ ਕਹਾਣੀ ਤੇਮ ਰੱਖਿਆ ਆਪਾਂ ਨੇ ਤੇ ਉਹ ਹੋ ਗਿਆ ਆਪਣਾ ਵਿਸ਼ਾ ਵਸਤੂ ਤੇ ਕਥਨ ਕੀ ਹੋ ਗਿਆ ਉਸ ਕਹਾਣੀ ਦੇ ਵਿੱਚ ਕਿਹੜੇ ਕਿੰਨੇ ਪਾਤਰ ਹੋਣਗੇ ਕਿਹੜਾ ਪਾਤਰ ਕਿਹੜਾ ਡਾਇਲੋਗ ਬੋਲੂਗਾ ਕਿਹੜਾ ਮਤਲਬ ਕਿ ਵਾਰਤਾਲਾਪ ਬੋਲੂਗਾ ਕਿ ਉਹਦਾ ਵਾਤਾਵਰਣ ਹੋਊਗਾ ਕਿੰਨੇ ਕਦੋਂ ਤੱਕ ਹੋਊਗਾ ਕਿ ਉਹਦਾ ਅੰਤ ਹੋਊਗਾ ਕਿ ਉਹਦਾ ਜਿਹੜਾ ਕਿ ਮੂਡ ਹੋਊਗਾ ਉਹ ਸਾਰੀ ਚੀਜ਼ ਕੀ ਕਹੋਂਦੀ ਹੈ ਕਥਾਨਕ ਕਹੋਂਦੀ ਹੈ ਠੀਕ ਹੈ ਤੇ ਇਸ ਦਾ ਆਰੰਭ ਜਿਹੜਾ ਕਿ ਕਥਾਨਕ ਦਾ ਆਰੰਭ ਕਿਵੇਂ ਹੁੰਦਾ ਨਾਟਕੀ ਬਹੁਤ ਹੀ ਜ਼ਿਆਦਾ ਨਾਟਕੀ ਹੁੰਦਾ ਤੇ ਕਹਾਣੀ ਪਹਿਲੇ ਵਾਕ ਦੇ ਵਿੱਚ ਹੀ ਸਮੱਸਿਆ ਦੀ ਸੂਚਨਾ ਦੇ ਦਿੰਦੀ ਹੈ ਮਤਲਬ ਕਿ ਜਿਹੜੀ ਨਿੱਕੀ ਕਹਾਣੀ ਦਾ ਕਥਾਨਕ ਹੁੰਦਾ ਉਹ ਛੋਟਾ ਹੁੰਦਾ ਸੰਖੇਪ ਦੇ ਵਿੱਚ ਹੁੰਦਾ ਸਰਲ ਹੁੰਦਾ ਜਿਸ ਦੇ ਵਿੱਚ ਪਹਿਲੇ ਇੱਕ ਜਾਂ ਦੋ ਵਾਕਾਂ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਸ ਕਹਾਣੀ ਦੇ ਵਿੱਚ ਕੀ ਸਮੱਸਿਆ ਲੈ ਕੇ ਪੇਸ਼ ਕੀਤੀ ਜਾ ਰਹੀ ਹੈ ਕਹਾਣੀ ਦੇ ਵਿੱਚ ਕੀ ਦਰਸਾਇਆ ਜਾ ਰਿਹਾ ਹੈ ਫੇਰ ਕਹਾਣੀ ਆਪਣੇ ਮਤਲਬ ਕਿ ਅੱਗੇ ਤੁਰਦੀ ਆ ਮਗਦੇ ਕਾਰਜ ਦੇ ਨਾਲ ਆਪਣੇ ਸਿਖਰ ਦੇ ਵੱਲ ਜਾਂਦੀ ਆ ਤੇ ਉਹਦਾ ਅੰਤ ਆ ਜਿਹੜਾ ਕਿ ਕਹਾਣੀ ਦਾ ਬਹੁਤ ਹੀ ਛਟਪਟਾ ਜਾਂ ਅਚਾਨਕ ਜਿਹਾ ਸੁਝਾਊ ਹੈਰਾਨੀਜਨਕ ਮਤਲਬ ਕਿ ਆਪਾਂ ਸਰਪ੍ਰਾਈਜ਼ ਹੋ ਜਾਈਏ ਵੀ ਕਿ ਇਹ ਕਹਾਣੀ ਦਾ ਇਹ ਅੰਤ ਹੋ ਗਿਆ ਹੈ ਐਵੇਂ ਦਾ ਹੁੰਦਾ ਤੇ ਬਹੁਤ ਕੁਝ ਜਿਹੜਾ ਕਿ ਪਾਠਕਾਂ ਦੀ ਕਲਪਨਾ ਤੇ ਵੀ ਛੱਡ ਦਿੱਤਾ ਜਾਂਦਾ ਮਤਲਬ ਕਿ ਕਈ ਕਹਾਣੀਆਂ ਦਾ ਅੰਤ ਐਵੇਂ ਦਾ ਹੁੰਦਾ ਕਿ ਉਸ ਦੇ ਆਪਾਂ ਨੂੰ ਐਂਡ ਦੇ ਵਿੱਚ ਆਪਾਂ ਕਲਪਨਾ ਕਰਨ ਲੱਗਦੇ ਵੀ ਉਹਦੇ ਵਿੱਚ ਐ ਹੋਇਆ ਹੋਣਾ ਉਹਦੇ ਵਿੱਚ ਐ ਆਇਆ ਹੋਣਾ ਠੀਕ ਹੈ ਇਹ ਚੀਜ਼ਾਂ ਮਤਲਬ ਕਿ ਕਈ ਵਾਰ ਕਹਾਣੀ ਦਾ ਅੰਤ ਜਿਹੜੇ ਕਿ ਸਜਾਉ ਵੀ ਹੁੰਦਾ ਹੈਰਾਨੀ ਜਾਣ ਕੇ ਵੀ ਹੁੰਦਾ ਤੇ ਬਹੁਤਾ ਕੁਝ ਪਾਠਕਾਂ ਦੀ ਪਾਠਕ ਨੂੰ ਦੇਣਾ ਪੜਨ ਵਾਲੇ ਉਹਨਾਂ ਦੀ ਕਲਪਨਾ ਤੇ ਛੱਡ ਦਿੱਤਾ ਜਾਂਦਾ ਇਸ ਤਰ੍ਹਾਂ ਨਿੱਕੀ ਕਹਾਣੀ ਦੀ ਗੁੰਦ ਹੈ ਜਿਹੜੀ ਕਿ ਪੀੜੀ ਹੋਈ ਤਾਂ ਚੁਸਤ ਹੁੰਦੀ ਹੈ ਤੇ ਨਾਵਲ ਦੀ ਤਰ੍ਹਾਂ ਗੁੰਝਲਦਾਰ ਨਹੀਂ ਹੁੰਦੀ ਤੇ ਇਸ ਲਈ ਕਹਾਣੀ ਦਾ ਕਥਾਨਕ ਜਿਹੜੀ ਕਿ ਸੰਜਮ ਤੇ ਸੰਖੇਪਤਾ ਦਾ ਧਾਰ ਨਹੀਂ ਹੋਣਾ ਚਾਹੀਦਾ ਅਗਲਾ ਹੈ ਚਰਿੱਤ ਚਿੱਤਰਣ ਕਹਾਣੀ ਦੇ ਵਿੱਚ ਇਹ ਮਹੱਤਵਪੂਰਨ ਸਥਾਨ ਹੈ ਕਹਾਣੀ ਵਿੱਚ ਘਟਨਾਵਾਂ ਦੀ ਜਿਹੜੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਪਰ ਘਟਨਾਵਾਂ ਕਦੇ ਵੀ ਆਪ ਆਪਣੀ ਵਾਪਸ ਦੇ ਮਤਲਬ ਕਿ ਜਿਹੜੀ ਕਹਾਣੀ ਦਾ ਕਥਾਨਕ ਦੇ ਵਿੱਚ ਘਟਨਾ ਲੈ ਲਈ ਉਹ ਬਚਪਨ ਦੀ ਘਟਨਾ ਬਾ ਜਿਵੇਂ ਇਹ ਸੁਜਾਨ ਸਿੰਘ ਦੀ ਕੁਲਫੀ ਵਾਲੀ ਕਹਾਣੀ ਆ ਅਗਰ ਉਹਦੇ ਵਿੱਚ ਉਹ ਬੱਚਾ ਨਾ ਹੁੰਦਾ ਤਾਂ ਕਹਾਣੀ ਕਿਵੇਂ ਬਣਨੀ ਸੀ ਹਨ ਉਹ ਹੁੰਦੇ ਨੇ ਕਰੈਕਟਰ ਮਤਲਬ ਕਿ ਪਾਤਰ ਜਿੱਦੇ ਮਤਲਬ ਕਿ ਪਾਤਰ ਪਾਤਰ ਠੀਕ ਹੈ ਬਿਨਾ ਪਾਤਰਾਂ ਨਾਲ ਕੋਈ ਘਟਨਾ ਨੂੰ ਦਰਸਾਉਣਾ ਸੰਭਵ ਨਹੀਂ ਹੋ ਸਕਦਾ ਜਿਸ ਕਰਕੇ ਇਹਦੇ ਲਈ ਜ਼ਰੂਰਤ ਹੁੰਦੀ ਹੈ ਘਟਨਾਵਾਂ ਕਦੇ ਵੀ ਆਪਣੀ ਵਾਪਰਦੀਆਂ ਪਾਤਰਾਂ ਦੇ ਨਾਲ ਹੀ ਵਾਪਰਦੀਆਂ ਨੇ ਤੇ ਕਹਾਣੀਕਾਰ ਘਟਨਾ ਨੂੰ ਵਿਸ਼ੇਸ਼ ਪ੍ਰਸੰਗ ਦੇ ਵਿੱਚ ਪੇਸ਼ ਕਰਦਾ ਤੇ ਇਸ ਪ੍ਰਸੰਗ ਦੇ ਲਈ ਉਹ ਇਸ ਨੂੰ ਪੇਸ਼ ਕਰਨ ਦੇ ਲਈ ਪਾਤਰਾਂ ਦੀ ਸਿਰਜਣਾ ਕਰਦਾ ਤੇ ਜਿਸ ਕਰਕੇ ਚਰਿੱਤ ਚਿੱਤਰਣ ਦੀ ਸਫਲਤਾ ਦੇ ਆਧਾਰ ਉੱਤੇ ਹੀ ਕਹਾਣੀ ਜਿਹੜੀ ਕਿ ਸਫਲ ਹੁੰਦੀ ਹੈ ਮਤਲਬ ਕਿ ਜਿਵੇਂ ਦੇ ਪਾਤਰ ਹੋਣਗੇ ਉਹਨਾਂ ਦੇ ਉਵੇਂ ਦੀ ਕਹਾਣੀ ਜਿਹੜੀ ਕਿ ਸਫਲ ਹੁੰਦੀ ਹੈ ਤਾਂ ਕਹਾਣੀ ਦੇ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਕਹਾਣੀ ਦਾ ਆਕਾਰ ਛੋਟਾ ਹੋਣ ਕਰਕੇ ਉਹਦੇ ਵਿੱਚ ਪਾਤਰ ਵੀ ਘੱਟ ਹੁੰਦੇ ਨੇ ਤੇ ਲੰਬੀ ਕਹਾਣੀ ਦੇ ਵਿੱਚ ਪਾਤਰ ਜ਼ਿਆਦਾ ਹੁੰਦੇ ਨੇ ਤਵ ਦੇਰੇ ਪਾਤਰ ਜਿਹੜੇ ਕਿ ਚਰਿੱਤਰ ਦਾ ਵਿਸਥਾਰ ਸਹਿਤ ਪ੍ਰਗਟ ਕਰਨ ਦੀ ਸਮਰੱਥਾ ਨਹੀਂ ਰੱਖਦੇ ਕਹਾਣੀ ਦੇ ਵਿੱਚ ਪਾਤਰਾਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਹੈ ਮਤਲਬ ਕਿ ਜਿਹੜੀ ਕਹਾਣੀ ਐ ਨਿੱਕੀ ਕਹਾਣੀ ਉਹਦੇ ਵਿੱਚ ਪਾਤਰ ਜ਼ਿਆਦਾ ਨਹੀਂ ਹੋਣੇ ਚਾਹੀਦੇ ਬਲਕਿ ਘੱਟ ਹੋਣੇ ਚਾਹੀਦੇ ਨੇ ਇਹਦੇ ਨਾਲ ਹੀ ਜਿਹੜੇ ਕਿ ਸਿਰਫ ਖਾਸ ਪਾਤਰ ਨੂੰ ਹੀ ਸਾਰੀਆਂ ਸਮੂੱਚੀਆਂ ਸੁਭਾਵਨਾਵਾਂ ਨਾਲ ਨਿਖਾਰਿਆ ਜਾਵੇ ਤਾਂ ਜੋ ਕਹਾਣੀ ਦਾ ਨਿਸ਼ਚਿਤ ਆਕਾਰ ਦੇ ਵਿੱਚ ਕਹਾਣੀ ਜਿਹੜੀ ਕਿ ਵਧੀਆ ਇੱਕ ਬਿੰਬ ਪੇਸ਼ ਕਰ ਸਕੇ ਮਤਲਬ ਕਿ ਕਹਾਣੀ ਦੇ ਵਿੱਚ ਜਿਹੜੇ ਕਿ ਪਾਤਰ ਲੋ ਥੋੜੇ ਲਏ ਜਾਣੇ ਚਾਹੀਦੇ ਨੇ ਨਿੱਕੀ ਕਹਾਣੀ ਦੇ ਵਿੱਚ ਤੇ ਉਹਨਾਂ ਥੋੜੇ ਪਾਤਰਾਂ ਦੇ ਰਾਹੀਂ ਹੀ ਸਾਰੀ ਕਹਾਣੀ ਦਾ ਜਿਹੜੇ ਕਿ ਨਿਚੋੜਾ ਜਿਹੜਾ ਉਹ ਪੇਸ਼ ਕਰ ਦੇਣਾ ਚਾਹੀਦਾ ਜਿਹਦੇ ਨਾਲ ਕਹਾਣੀ ਜਿਹੜੀ ਕਿ ਇੱਕ ਵਧੀਆ ਬਿੰਬ ਪੇਸ਼ ਕਰ ਸਕੇ ਅੱਗੇ ਹੈ वार्तालाप ਮਤਲਬ ਕਿ ਇਹਦੇ ਵਿੱਚ ਪਹਿਲਾਂ ਤੁਸੀਂ ਇਹ ਹੀ ਦੱਸਣਾ ਕਿ ਪਾਤਰ ਕਿੰਨੇ ਹੋਣ ਚਾਹੀਦੇ ਨੇ ਫਿਰ ਦੱਸਣਾ ਕਿ ਪਾਤਰਾਂ ਤੋਂ ਬਿਨਾ ਕਹਾਣੀ ਨਹੀਂ ਹੋ ਸਕਦੀ ਕਿਉਂਕਿ ਕੋਈ ਵੀ ਘਟਨਾ ਬਿਨਾ ਪਾਤਰਾਂ ਦੇ ਨਹੀਂ ਵਾਪਰ ਸਕਦੀ ਅੱਗੇ ਵਾਰਤਾਲਾਪ ਵਾਰਤਾਲਾਪ ਮਤਲਬ ਕਿ ਆਪਸ ਦੇ ਵਿੱਚ ਬੋਲਚਾਲ ਉਹਨਾਂ ਦੀ ਜਿਵੇਂ ਆਪਾਂ ਕੋਈ ਚੈਪਟਰ ਦੇ ਵਿੱਚ ਪੜ੍ਹਦੇ ਹਾਂ ਵੀ ਇਹ ਜਿਹੜੇ ਕਿ ਕਿਸ ਦੇ ਦੁਆਰਾ કહਾਏ ਗਏ ਨੇ ਅਗਰ ਉਹਨਾਂ ਪਾਤਰਾਂ ਦੇ ਮੂੰਹ ਹੀ ਜਿਹੜੇ કહਾਏ ਹੋਏ ਸ਼ਬਦ ਜਿਉਂਦੇ ਤਿਉਂ ਲਿਖੇ ਜਾਣ ਉਹਨੂੰ ਆਪਾਂ ਪੜ੍ਹਦੇ ਆਪਾਂ ਹੋਰ ਕ੍ਰਿਓਸਟੀ ਦੇ ਨਾਲ ਪੜ੍ਹਦੇ ਆ ਆਪਾਂ ਨੇ ਪੜ੍ਹਨ ਦੇ ਵਿੱਚ ਰੋਚਕਤਾ ਆਉਂਦੀ ਹੈ ਠੀਕ ਹੈ ਅਮਦ ਹੋਣੇ ਚਾਹੀਦੇ ਨੇ ਵਾਰਤਾਲਾਪ ਵੀ ਜਿਹੜੇ ਕਿ ਪ੍ਰਮੁੱਖ ਹੁੰਦੇ ਨੇ ਕਿਉਂਕਿ ਇਹਨਾਂ ਦੇ ਨਾਲ ਹੀ ਜਿਹੜੇ ਕਿ ਵਾਰਤਾਲਾਪਾਂ ਦੇ ਨਾਲ ਹੀ ਕਥਾਨਕ ਦਾ ਵਿਸਥਾਰ ਹੁੰਦਾ ਤੇ ਪਾਤਰ ਰਚਿਤਨ ਦਾ ਜਿਹੜੇ ਕਿ ਇਹ ਆਧਾਰ ਹੁੰਦੇ ਨੇ ਮਤਲਬ ਕਿ ਕਰੈਕਟਰ ਡਾਇਲੋਗ ਦੇ ਨਾਲ ਹੀ ਪਛਾਣੇ ਜਾਂਦੇ ਨੇ ਵਾਰਤਾਲਾਪ ਪਾਤਰਾਂ ਦੇ ਵਰਣਨ ਕਰਨ ਦੇ ਵਿੱਚ ਵੀ ਲਖਣਤਾ ਤੇ ਸੁਭਾਅਿਕਤਾ ਲਿਆਉਂਦੇ ਨੇ ਤੇ ਇਹ ਵਰਣਨ ਜਿਹੜੇ ਕਿ ਰੋਚਕ ਵੀ ਬਣਦਾ ਤੇ ਰਵਾਨਗੀ ਭਰਪੂਰ ਬਣਦਾ ਕਹਾਣੀ ਦੇ ਵਿੱਚ ਵਾਤਾਵਰਣ ਵੀ ਜਿਹੜੇ ਕਿ ਵਾਰਤਾਲਾਪ ਰਾਹੀਂ ਹੀ ਸਿਰਜਿਆ ਜਾਂਦਾ ਮਤਲਬ ਕਿ ਜਿਵੇਂ ਦੇ ਉਹਨਾਂ ਦੇ ਬੋਲਣ ਦਾ ਢੰਗ ਹੋਊਗਾ ਵਾਰਤਾਲਾਪ ਹੋਊਗਾ ਡਾਇਲੋਗ ਹੋਣਗੇ ਉਹਵੇਂ ਦਾ ਹੀ ਜਿਹੜੇ ਕਿ ਵਾਤਾਵਰਣ ਸਿਰਜਿਆ ਜਾਂਦਾ ਤੇ ਇਹਦੇ ਨਾਲ ਕਹਾਣੀ ਦੇ ਵਿੱਚ ਸੁਭਾਅ ਸੁਭਾਵਿਕਤਾ ਆਉਂਦੀ ਆ ਜਥਾਰਕਤਾ ਦੇ ਗੁਣ ਪੈਦਾ ਹੁੰਦੇ ਨੇ ਵਾਰਤਾਲਾਪ ਹੋਣੇ ਕਿਵੇਂ ਚਾਹੀਦੇ ਨੇ ਚੁਸਤ ਹੋਣੇ ਚਾਹੀਦੇ ਨੇ ਸੁਭਾਵਿਕ ਹੋਣੇ ਚਾਹੀਦੇ ਨੇ ਜਿਹੜੇ ਕਿ ਹਾਜ਼ਰ ਜਵਾਬੀ ਵਾਲੇ ਹੋਣੇ ਚਾਹੀਦੇ ਨੇ ਤੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਨੇ ਪਾਤਰਾਂ ਦੀ ਇਹ ਮਨੋ ਦਿਸ਼ਾ ਉਹਨਾਂ ਦੇ ਗੁਣਾ ਔਗੁਣਾ ਸ਼ਖਸੀਅਤ ਯੋਗਤਾਵਾਂ ਦੇ ਅਨੁਕੂਲ ਹੋਣੇ ਚਾਹੀਦੇ ਨੇ ਤੇ ਲੰਬੇ ਲੰਬੇ ਵਾਰਤਾਲਾਪ ਜਾਂ ਸੁਸਤ ਗਤੀ ਵਾਲੇ ਨਹੀਂ ਹੋਣੇ ਚਾਹੀਦੇ ਠੀਕ ਹੈ ਅਗਰ ਇਹ ਹੋਣਗੇ ਤੇ ਇਹਦੇ ਨਾਲ ਕਹਾਣੀ ਹੈ ਜਿਹੜੀ ਕਿ ਉਹ ਪ੍ਰਭਾਵਸ਼ਾਲੀ ਨਹੀਂ ਬਣੂਗੀ ਮਤਲਬ ਕਿ ਛੋਟੇ ਛੋਟੇ ਤੇ ਉਤਸੁਕਤਾ ਭਰਪੂਰ ਹੋਣੇ ਚਾਹੀਦੇ ਨੇ ਵਾਰਤਾਲਾਪ ਅੱਗੇ ਵਾਤਾਵਰਨ ਹੁਣ ਕਹਾਣੀ ਦੇ ਵਿੱਚ ਵਾਤਾਵਰਨ ਤੇ ਦ੍ਰਿਸ਼ ਦਾ ਵੀ ਮਹੱਤਵ ਹੁੰਦਾ ਹੈ ਕਹਾਣੀ ਦੇ ਵਿੱਚ ਕੋਈ ਜੀਵਨ ਦੀ ਵਿਸ਼ੇਸ਼ ਘਟਨਾ ਜਾਂ ਪਰਸਥਿਤੀ ਦਾ ਜਦੋਂ ਵਰਣਨ ਹੁੰਦਾ ਤਾਂ ਜਿਹਦੇ ਨਾਲ ਉਸ ਘਟਨਾ ਨੂੰ ਇੱਕ ਸਮੁੱਚੇ ਵਧੀਆ ਵਾਤਾਵਰਨ ਦੇ ਦੁਆਰਾ ਜਿਹੜੇ ਕਿ ਪੇਸ਼ ਕਰਨ ਦੇ ਨਾਲ ਕਹਾਣੀ ਦੇ ਵਿੱਚ ਜਥਾਰਕਤਾ ਪੈਦਾ ਹੁੰਦੀ ਹੈ ਜਥਾਰਕਤਾ ਮਤਲਬ ਕੀ ਸਚ ਅਸਲੀਅਤ ਅਸਲੀਅਤ ਠੀਕ ਹੈ ਅਸਲੀਅਤ ਪੈਦਾ ਹੁੰਦੀ ਆ ਸਚਾਈ ਪੈਦਾ ਹੁੰਦੀ ਆ ਸੁਭਾਵਕਤਾ ਪੈਦਾ ਹੁੰਦੀ ਆ ਮਤਲਬ ਕਿ ਜਿਵੇਂ ਦਾਹੀ ਵਾਤਾਵਰਨ ਜਿਵੇਂ ਕੋਈ ਪਿੰਡ ਦੇ ਵਿੱਚ ਕਹਾਣੀ ਦਾ ਜਿਹੜਾ ਪਿੰਡੂ ਵਾਤਾਵਰਨ ਬਾਰੇ ਦੱਸਣਾ ਹੋਵੇ ਤਾਂ ਉਮੀਦ ਹੈ ਜਿਹੜੇ ਕਿ ਉਹਦੇ ਵਿੱਚ ਵਰਣਨ ਕੀਤਾ ਜਾਵੇ ਕੋਈ ਵੀ ਠੰਡੀ ਹਵਾ ਚੱਲ ਰਹੀ ਹੈ ਖੇਤਾਂ ਦੇ ਵਿੱਚ ਐਵੇਂ ਠੀਕ ਹੈ ਐਵੇਂ ਉਹਦੇ ਨਾਲ ਉਮੀਦ ਹੈ ਵਾਤਾਵਰਨ ਸਿਰਜਿਆ ਜਾ ਸਕਦਾ ਜਿਸ ਦੇ ਨਾਲ ਕਹਾਣੀ ਦੇ ਵਿੱਚ ਰੋਚਕਤਾ ਪੈਦਾ ਹੁੰਦੀ ਆ ਤੇ ਦ੍ਰਿਸ਼ ਚਿੱਤਰਣ ਕਹਾਣੀ ਦੇ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਦ੍ਰਿਸ਼ਮਤਲਕੀ ਵਾਤਾਵਰਨ ਤੇ ਪੰਜਾਬੀ ਕਹਾਣੀ ਦੇ ਵਿੱਚ ਸੰਤੋਖ ਸਿੰਘ ਧੀਰ ਬ੍ਰਿ얌 ਸਿੰਘ ਸੰਧੂ ਬਲਦੇਵ ਸਿੰਘ ਪ੍ਰੇਮ ਗੋਰਖੀ ਤੇ ਮੁਖਤਿਆਰ ਗਿਲੇ ਕਹਾਣੀਆਂ ਦੇ ਵਿੱਚ ਵਾਤਾਵਰਨ ਵਿਸ਼ੇਸ਼ ਸਫਲਤਾ ਨਾਲ ਇਹ ਵਰਣਨ ਮਿਲਦਾ ਹੈ ਇਹਨਾਂ ਦੇ ਕਹਾਣੀਆਂ ਦੇ ਵਿੱਚ ਤੇ ਬ੍ਰਿ얌 ਸਿੰਘ ਸੰਧੂ ਨੇ ਆਪਣੀ ਪ੍ਰਸਿੱਧ ਕਹਾਣੀ ਜਿਹੜੀ ਭੱਜੀਆਂ ਵਾਹੀ ਦੇ ਵਿੱਚ ਇੱਕ ਘਰ ਦੀ ਸਮੱਸਿਆ ਨੂੰ ਪੰਜਾਬ ਦੀ ਵਰਤਮਾਨ ਸਮੱਸਿਆ ਦੇ ਦ੍ਰਿਸ਼ਾਂ ਦੇ ਰਾਹੀਂ ਜਿਹੜੇ ਕਿ ਪੇਸ਼ ਕਰਕੇ ਇਤਿਹਾਸਿਕ ਤੇ ਸੱਭਿਆਚਾਰਕ ਪ੍ਰਸੰਗ ਦੇ ਵਿੱਚ ਉਦਾਰਥ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਤੁਸੀਂ ਜਿਹੜੇ ਕਿ ਰਾਈਟਰਾਂ ਦੇ ਨਾਮ ਲੈ ਕੇ ਇਹਨਾਂ ਨੇ ਜਿਹੜੇ ਕਿ ਦੱਸਿਆ ਉਹ ਇਹ ਜ਼ਰੂਰ ਯਾਦ ਕਰ ਲੈਣਾ ਅੱਗੇ ਭਾਸ਼ਾ ਤੇ ਸ਼ੈਲੀ ਸ਼ੈਲੀ ਕੀ ਹੁੰਦਾ ਲਿਖਣ ਦਾ ਢੰਗ ਵੀ ਕਿਸ ਤਰੀਕੇ ਨਾਲ ਲਿਖੀ ਗਈ ਆ ਭਾਸ਼ਾ ਹੁੰਦੀ ਆਪਣੀ ਬੋਲਚਾਲ ਵੀ ਕਿਵੇਂ ਤਰੀਕ ਕਿ ਉਹਨਾਂ ਦੀ ਪਾਤਰਾਂ ਦੀ ਕਿਵੇਂ ਦੀ ਹੋਣੀ ਚਾਹੀਦੀ ਆ ਵਾਰਤਾਲਾਪਾਂ ਦੀ ਜਿਹੜੀ ਭਾਸ਼ਾ ਪਾਸ਼ਾ ਤੇ ਸ਼ੈਲੀ ਵਿਸ਼ੇਸ਼ ਨੂੰ ਮਹੱਤਵ ਰੱਖਦੇ ਨੇ ਪਾਸ਼ਾ ਸ਼ੈਲੀ ਸਾਹਿਤ ਸਿਰਜਣਾ ਦੇ ਜਿਹੜੇ ਕੀ ਪ੍ਰਮੁੱਖ ਸਾਧਨ ਹੁੰਦੇ ਨੇ ਤੇ ਕਹਾਣੀ ਦੇ ਵਿੱਚ ਸ਼ਬਦ ਨੇ ਜਿਹੜੇ ਉਹ ਸਜੀਵ ਰੋਚਿਕ ਸੰਕੇਤਿਕ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਨੇ ਤੇ ਦੇ ਨਾਲ ਹੀ ਬਿਰਤਾਂਤ ਸਿਰਜਣ ਸਮੇਂ ਕਹਾਣੀਕਾਰ ਨੂੰ ਜਿਹੜੇ ਕੀ ਪਾਸ਼ਾ ਦੇ ਲਈ ਮਹਾਵਰੇ ਅਖੋਤਾਂ ਦੀ ਖੁੱਲੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਮਹਾਵਰੇ ਤੇ ਅਖੋਤਾਂ ਜਿਹੜੇ ਕੀ ਬਹੁਤ ਵਧੀਆ ਰੋਚਿਕਤਾ ਪੇਸ਼ ਕਰਦੇ ਨੇ ਕਹਾਣੀ ਦੇ ਵਿੱਚ ਤੇ ਕਹਾਣੀ ਜਿਹੜੀ ਪਾਸ਼ਾ ਉਹ ਕੇਂਦਰੀ ਭਾਸ਼ਾ ਹੋਣੀ ਚਾਹੀਦੀ ਹੈ ਮਤਲਬ ਕਿ ਮਾਜੀ ਭਾਸ਼ਾ ਹੋਣੀ ਚਾਹੀਦੀ ਹੈ ਟਕਸਾਲੀ ਭਾਸ਼ਾ ਆਉਣੀ ਚਾਹੀਦੀ ਆ ਤੇ ਪਾਤਰਾਂ ਦੀ ਵਾਰਤਾਲਾਪ ਸਮੇਂ ਦੇ ਵਿੱਚ ਉਹਨਾਂ ਦੀ ਸਥਾਨਕ ਉਪਭਾਸ਼ਾ ਵੀ ਵਰਤਣੀ ਚਾਹੀਦੀ ਆ ਪਾਤਰਾਂ ਦੀ ਮਾਨਸਿਕਤਾ ਵਿਦਿਆਕ ਪੱਧਰ ਤੇ ਸੁਭਾਅ ਦੇ ਅਨਸਾਰ ਵੀ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਆ ਮਤਲਬ ਕਿ ਜਿਹੜੋ ਕਿ ਪੜਿਆ ਲਿਖਿਆ ਪਾਤਰ ਪੇਸ਼ ਕਰਨਾ ਉਹਦੀ ਭਾਸ਼ਾ ਹੋਰ ਤਰੀਕੇ ਦੀ ਅਗਰ ਕੋਈ ਪਿੰਡ ਦਾ ਪੇਸ਼ ਕਰਨਾ ਤਾਂ ਉਹਦੀ ਭਾਸ਼ਾ ਹੋਰ ਤਰੀਕੇ ਦੀ ਠੀਕ ਆ ਪਾਤਰਾਂ ਦੀ ਮਾਨਸਿਕਤਾ ਦੇ ਅਕੋਰਡਿੰਗ ਭਾਸ਼ਾ ਵਰਤਣੀ ਚਾਹੀਦੀ ਉਪਭਾਸ਼ਾ ਵੀ ਇਦੇ ਨਾਲ ਜਿਹੜੇ ਕਿ ਕਹਾਣੀ ਦੇ ਵਿੱਚ ਆਪਾਂ ਨੂੰ ਸੁਭਾਵਿਕਤਾ ਨਜ਼ਰ ਆਉਂਦੀ ਹੈ ਤੇ ਰੋਚਕਤਾ ਆ ਜਾਂਦੀ ਹੈ ਜੇ ਕੋਈ ਕਹਾਣੀਕਾਰ ਅਜਿਹਾ ਨਹੀਂ ਕਰਦਾ ਮਤਲਬ ਕਿ ਇੱਕੋ ਤਰੀਕੇ ਦੀ ਭਾਸ਼ਾ ਵਰਤੀ ਜਾਂਦਾ ਚਾਹੇ ਕੋਈ ਅਨਪੜਾ ਉਹਦੀ ਵੀ ਭਾਸ਼ਾ ਉਹਨੇ ਦੂਜੇ ਤਰੀਕੇ ਦੀ ਲਿਖਤੀ ਜਾਂਦੇ ਪੜ੍ਹੇ ਲਿਖਿਆ ਵਾਲੀ ਠੀਕ ਹੈ ਜੇ ਪੜ੍ਹੇ ਲਿਖਿਆ ਵਾਲਿਆਂ ਦੀ ਭਾਸ਼ਾ ਪਿੰਡੂ ਲਿਖਤੀ ਤਾਂ ਉਹਦੇ ਨਾਲ ਜਿਹੜੇ ਕਿ ਉਹਦੇ ਵਿੱਚ ਸੁਭਾਵਿਕਤਾ ਤੇ ਰੋਚਕਤਾ ਪੈਦਾ ਨਹੀਂ ਹੁੰਦੀ ਕਹਾਣੀ ਦੇ ਵਿੱਚ ਤੇ ਕਹਾਣੀਕਾਰ ਕਹਾਣੀ ਦੇ ਵਿਸ਼ੇ ਵਸਤੂ ਦੇ ਅਨੁਸਾਰ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਸ਼ੈਲੀ ਮਤਲਬ ਕੀ ਲਿਖਣ ਦਾ ਢੰਗ ਠੀਕ ਹੈ ਵੀ ਕਿਵੇਂ ਲਖਣੀਆਂ ਉਹ ਇਹਦੇ ਵਿੱਚ ਕਥਾਤਮਕ ਕਥਾ ਕੋਈ ਕਿਸੇ ਕਥਾ ਦਾ ਵਰਣਨ ਕਥਾ ਦੇ ਅਕੋਰਡਿੰਗ ਜਾਂ ਆਤਮ ਕਥਾ ਦੇ ਆਤਮ ਕਥਾ ਮਤਲਬ ਕੀ ਮੈਂ ਪਾਤਰ ਦੇ ਅਕੋਰਡਿੰਗ ਪੱਤਰ ਆਤਮਕ ਕਿਸੇ ਪੱਤਰ ਦੇ ਜਿਵੇਂ ਕਿਸੇ ਪੱਤਰ ਆਪਾਂ ਲਿਖਦੇ ਹਾਂ ਉਵੇਂ ਦੀ ਸ਼ੈਲੀ ਹੋ ਸਕਦੀ ਹੈ ਇਹਦੇ ਵਿੱਚ ਜਾਂ ਵਾਰਤਾਲਾਪ ਸੇਮ ਉਸੇ ਤਰੀਕੇ ਦੇ ਡਾਇਲੋਗ ਜਿਵੇਂ ਕਿਸੇ ਪਾਤਰ ਨੇ ਬੋਲੇ ਉਵੇਂ ਪੇਸ਼ ਕਰਨਾ ਜਾਂ ਡਾਇਰੀ ਸ਼ੈਲੀ ਦੇ ਵਿੱਚ ਜਿਵੇਂ ਆਪਾਂ ਡਾਇਰੀ ਲਿਖਦੇ ਆ ਵੀ ਐਵੇਂ ਵੀ ਕਹਾਣੀ ਲਿਖੀ ਜਾ ਸਕਦੀ ਹੈ ਸਾਰੇ ਇਹਨਾਂ ਦੇ ਕਹਾਣੀ ਪੇਸ਼ ਕਰਨ ਦੇ ਜਿਹੜੀ ਕਿ ਸ਼ੈਲੀਆਂ ਨੇ ਪਰ ਜ਼ਿਆਦਾਤਰ ਕਹਾਣੀਕਾਰ ਕਥਾਤਮਕ ਸ਼ੈਲੀ ਦੀ ਵਰਤੋਂ ਕਰਦੇ ਨੇ ਅੱਗੇ ਉਦੇਸ਼ ਹਰ ਇੱਕ ਕਹਾਣੀ ਲਿਖਣ ਦਾ ਕੁਝ ਨਾ ਕੁਝ ਉਦੇਸ਼ ਹੁੰਦਾ ਉਦੇਸ਼ ਨੂੰ ਰੱਖ ਕੇ ਹੀ ਮੁੱਖ ਰੱਖ ਕੇ ਕਹਾਣੀਆਂ ਲਿਖੀ ਜਾਂਦੇ ਨੇ ਜਿਵੇਂ ਆਪਾਂ ਜਿਵੇਂ ਜਿਹੜੇ ਕਿ ਲਾਲਚ ਬੁਰੀ ਬਲਾ ਉਹਨੂੰ ਲੈ ਕੇ ਕਿੰਨੀਆਂ ਕਹਾਣੀਆਂ ਲਿਖਿਆ ਜਾਂਦੇ ਨੇ ਐਵੇਂ ਠੀਕ ਹੈ ਮਤਲਬ ਕਿ ਹਰ ਇੱਕ ਕਹਾਣੀ ਦਾ ਉਦੇਸ਼ ਹੁੰਦਾ ਤੇ ਹਰ ਇੱਕ ਕਹਾਣੀਕਾਰ ਆਪਣੇ ਉਦੇਸ਼ ਨੂੰ ਮੁੱਖ ਰੱਖ ਕੇ ਹੀ ਉਵੇਂ ਦੀ ਕਹਾਣੀ ਸਿਰਜਦਾ ਤੇ ਉਵੇਂ ਦੇ ਪਾਤਰ ਉਵੇਂ ਦੀ ਘਟਨਾਵਾਂ ਪੇਸ਼ ਕਰਦਾ ਤੇ ਜਿਹੜੇ ਅਜੋਕੇ ਹੋ ਗਏ ਅੱਜ ਕੱਲ ਕਹਾਣੀਆਂ ਵਿੱਚ ਆਮ ਕਰਕੇ ਕਿਸੇ ਸੱਚ ਨੂੰ ਹੀ ਪੇਸ਼ ਕੀਤਾ ਜਾਂਦਾ ਤੇ ਇਹ ਸੱਚ ਮਨੋਵਿਗਿਆਨਕ ਵੀ ਹੋ ਸਕਦਾ ਸਮਾਜਿਕ ਵੀ ਹੋ ਸਕਦਾ ਤੇ ਆਰਥਿਕ ਵੀ ਹੋ ਸਕਦਾ ਤੇ ਮਨੁੱਖੀ ਚਰਿੱਤਰ ਨੂੰ ਕਹਾਣੀ ਦੇ ਵਿੱਚ ਪੇਸ਼ ਕਰਨਾ ਕਹਾਣੀਕਾਰ ਦਾ ਮੁੱਖ ਵਿਸ਼ੇਸ਼ ਮਹੱਤਵ ਮਤਲਬ ਕੀ ਉਦੇਸ਼ ਹੁੰਦਾ ਤੇ ਨਿੱਕੀ ਕਹਾਣੀ ਦੇ ਵਿੱਚ ਸਾਰੀ ਜ਼ਿੰਦਗੀ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਪਰ ਜ਼ਿੰਦਗੀ ਦੇ ਕਿਸੇ ਇੱਕ ਪੱਖ ਉੱਤੇ ਇੱਕ ਖਾਸ ਦ੍ਰਿਸ਼ਟੀਕੋਣ ਤੋਂ ਜਿਹੜੇ ਕਿ ਉਤੇ ਚਾਨਣਾ ਪਾਇਆ ਜਾਂਦਾ ਤੇ ਕਹਾਣੀ ਦਾ ਅਸਲ ਉਦੇਸ਼ ਕੀ ਹੁੰਦਾ ਮਨੁੱਖੀ ਜੀਵਨ ਦੀ ਵਿਆਖਿਆ ਕਰਦੀ ਹੋਈ ਜੀਵਨ ਦੀਆਂ ਨਵੀਆਂ ਸੁਭਾਵਨਾਵਾਂ ਨੂੰ ਮਤਲਬ ਕੀ ਨਵੀਆਂ ਪੌਸਿਬਿਲਟੀ ਨੂੰ ਸਥਾਪਿਤ ਕਰਨਾ ਹੁੰਦਾ ਤੇ ਇਹ ਸਾਰੇ ਕਹਾਣੀ ਦੇ ਵਿੱਚ ਤੱਤ ਹੁੰਦੇ ਨੇ ਅਗਰ ਇਹ ਕਹਾਣੀ ਦੇ ਵਿੱਚ ਤੱਤ ਨਹੀਂ ਹੋਣਗੇ ਤਾਂ ਕਹਾਣੀ ਜਿਹੜੀ ਕਿ ਸਫਲ ਨਹੀਂ ਹੋਊਗੀ ਕਿਹੜੇ ਕਿਹੜੇ ਤੱਤ ਨੇ ਵਿਸ਼ਾ ਵਸਤੂ ਹੋ ਗਿਆ ਠੀਕ ਹੈ ਇਹਦੇ ਵਿੱਚ ਕਥਾਨਕ ਚਰਿੱਤ ਚਿੱਤਰਣ ਵਾਰਤਾਲਾਪ ਵਾਤਾਵਰਣ ਭਾਸ਼ਾ ਤੇ ਸ਼ੈਲੀ ਤੇ ਉਦੇਸ਼ ਥੈਂਕਸ ਤੇ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਉਹਦਾ ਮੈਂ ਲਿੰਕ ਤੁਹਾਨੂੰ ਸ਼ੇਅਰ ਕਰ ਦੂੰਗੀ ਉਹਦੇ ਵਿੱਚ ਕਹਾਣੀ ਦੇ ਜਿਹੜੀ ਕਿ ਤੱਤਾਂ ਬਾਰੇ ਜਾਣ ਤੱਤ ਤੇ ਇਹਦੇ ਵਿੱਚ ਹੋਗੇ ਉਹਦੇ ਵਿੱਚ ਆਪਾਂ ਵਿਸ਼ੇਸ਼ਤਾਵਾਂ ਕੀਤੀਆਂ ਹੋਣਾਂ ਸੀ ਓਕੇ ਜਦੋਂ ਤਤ ਲਿਖਣੇ ਨੇ ਕਹਾਣੀ ਬਾਰੇ ਜ਼ਰੂਰ ਇਹ ਲਿਖਣਾ ਕਿ ਕਹਾਣੀ ਹੈ ਕੀ ਚੀਜ਼ ਨਿੱਕੀ ਕਹਾਣੀ ਓਕੇ ਥੈਂਕਸ